ਕੀ ਨਾਮ ਆਪਣਾ? ਮੇਰਾ ਨਾਮ ਸੁਦਾਗਰ ਸਿੰਘ ਕਢਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਜ਼ਿਲ੍ਹਾ ਜਨਰਲ ਸਕੱਤਰ। ਅੱਜ ਅਸੀਂ ਸੱਤ ਕਿਸਾਨ ਜਥੇਬੰਦੀਆਂ ਦੇ ਵੱਲੋਂ ਡੀ ਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਹਾਂ। ਇਹ ਮੰਗ ਪੱਤਰ ਇਸ ਕਰਕੇ ਹੈ ਕਿ ਜੋ ਸਰਕਾਰ ਨੇ ਐਲਾਨ ਕੀਤਾ ਹੈ ਕਿ ਝੋਨਾ 20 ਜੂਨ ਤੋਂ ਪਹਿਲਾਂ ਕਿਸਾਨ ਲਾ ਨਹੀਂ ਸਕਦੇ, ਅਸੀਂ ਇਹ ਮੰਗ ਪੱਤਰ ਦੇ ਵਿੱਚ ਸੱਤ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਸਾਰੇ ਡੀ ਸੀ ਦਫ਼ਤਰ ਨੂੰ ਇਹ ਮੰਗ ਪੱਤਰ ਦਿੱਤਾ ਹੈ ਕਿ ਸਾਨੂੰ 1 ਜੂਨ ਤੋਂ ਜਿਹੜਾ ਝੋਨਾ ਹੈ ਉਹਦੀ ਲਾਉਣ ਦੀ ਸਾਨੂੰ ਆਗਿਆ ਦਿੱਤੀ ਜਾਵੇ। ਜਿਵੇਂ ਕਿ ਪਹਿਲਾਂ 20-25 ਸਾਲ ਹੋ ਗਏ ਸਾਨੂੰ 1 ਜੂਨ ਤੋਂ ਅਸੀਂ ਝੋਨਾ ਲਾਉਂਦੇ ਹਾਂ, ਜੇ ਝੋਨੇ ਦੀ ਬਿਜਾਈ ਅਸੀਂ ਲੇਟ ਕਰਦੇ ਹਾਂ 20 ਜੂਨ ਤੋਂ ਕਰਦੇ ਹਾਂ, ਪਹਿਲੀ ਤਾਂ ਦਿੱਕਤ ਸਾਨੂੰ ਇਹ ਆ ਜਾਂਦੀ ਹੈ ਕਿ ਸਾਨੂੰ ਇਕੱਠੀ ਲੇਬਰ ਨਹੀਂ ਮਿਲਦੀ ਹੈ। ਦੂਜੀ ਸਾਨੂੰ ਇਹ ਦਿੱਕਤ ਆ ਜਾਂਦੀ ਹੈ ਕਿ ਜਦੋਂ ਸਾਡਾ ਝੋਨਾ ਪੱਕ ਜਾਂਦਾ ਹੈ ਤਾਂ ਝੋਨੇ ਦੇ ਵਿੱਚ ਉਹ ਪੱਕਣ ਦੇ ਵਿੱਚ ਲੇਟ ਹੋ ਜਾਂਦਾ, ਠੰਡ ਹੋਣ ਕਰਕੇ ਉਹਦੇ ਵਿੱਚ ਨਮੀ ਵੱਧ ਜਾਂਦੀ ਹੈ, ਅਤੇ ਉਹਦੇ ਵਿੱਚੋਂ ਫਿਰ ਸਾਨੂੰ ਕਿਸਾਨਾਂ ਨੂੰ 7-7 ਦਿਨ ਮੰਡੀਆਂ ਦੇ ਵਿੱਚ ਬਹਿਣਾ ਪੈਂਦਾ ਅਤੇ ਕਿਸਾਨਾਂ ਦੀ ਲੁੱਟ ਘਸੁੱਟ ਹੁੰਦੀ ਹੈ। ਜਿਹੜੀ ਲੁੱਟ ਘਸੁੱਟ ਹੁੰਦੀ ਆ ਉਹ ਬੰਦ ਕਰਵਾਉਣ ਦੇ ਲਈ, ਅਤੇ ਦੂ ਵੱਡੀ ਦਿੱਕਤ ਜਿਹੜੀ ਸਾਡੀ ਫਸਲ ਬੀਜਣੀ ਹੁੰਦੀ ਆ ਕਣਕ, ਉਹ ਕਣਕ ਬੀਜਣ ਨੂੰ ਸਾਡੇ ਕੋਲ ਬਹੁਤ ਘੱਟ ਸਮਾਂ ਰਹਿ ਜਾਂਦਾ, ਉਸ ਗਿਣਤੀ ਦੇ ਘੰਟੇ ਰਹਿ ਜਾਂਦੇ ਆ, ਇਸ ਕਰਕੇ ਫਿਰ ਸਾਨੂੰ ਪਰਾਲੀ ਨੂੰ ਅੱਗ ਵੀ ਲਾਉਣੀ ਪੈਂਦੀ ਆ, ਉਹਦਾ ਵਿੱਚ ਕੋਈ ਬੰਦੋਬਸਤ ਨਹੀਂ ਹੁੰਦਾ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕੀਤੀ ਆ ਕਿ ਜਿਹੜਾ ਸਾਡਾ ਝੋਨਾ ਉਹ 1 ਜੂਨ ਤੋਂ ਹੀ ਸ਼ੁਰੂ ਕੀਤਾ ਜਾਵੇ, ਨਹੀਂ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਡੀਆਂ ਦੇ ਵਿੱਚ ਲੁੱਟ ਹੁੰਦੀ ਆ, ਲੁੱਟ ਘਸੁੱਟ ਹੁੰਦੀ ਆ। ਪੰਜਾਬ ਦਾ ਕਿਸਾਨ ਅਸੀਂ ਰੋਜ਼ ਦੇਖਦੇ ਹਾਂ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ 5-5, 4-4 ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਅਤੇ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਉਹ ਜਿਣਸਾਂ ਦਾ ਮੁੱਲ ਪੂਰਾ ਨਹੀਂ ਮਿਲਦਾ, ਗੰਨੇ ਦਾ ਬਕਾਇਆ ਲੈਣ ਦੇ ਲਈ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹੈ, ਅਤੇ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਬਕਾਇਆ ਲੈਣ ਦੇ ਲਈ ਸਾਨੂੰ ਲਗਾਤਾਰ ਸੰਘਰਸ਼ ਕਰਨਾ ਪੈਂਦਾ। ਇਸ ਲਈ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਸਰਕਾਰਾਂ ਅਪਣਾ ਰਹੀਆਂ ਨੇ ਉਹ ਸਰਕਾਰਾਂ ਦੇ ਖਿਲਾਫ਼ ਅਸੀਂ ਇੱਕੋ ਇੱਕ ਅੱਜ ਮੰਗ ਲੈ ਕੇ ਆਏ ਹਾਂ ਵੀ ਜਿਹੜਾ ਸਾਡਾ ਝੋਨਾ ਹੈ ਉਹ 1 ਜੂਨ ਤੋਂ ਸਾਨੂੰ ਜਿਹੜਾ ਬੀਜਣਾ ਉਹਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਇਹ ਪਹਿਲਾਂ ਵੀ ਅਸੀਂ 1 ਜੂਨ ਤੋਂ ਬੀਜਦੇ ਹਾਂ ਅਤੇ ਹੁਣ ਵੀ ਅਸੀਂ ਜਿਹੜਾ 1 ਜੂਨ ਤੋਂ ਬੀਜਾਂਗੇ ਤਾਂ ਸਾਡੇ ਝੋਨੇ ਦੀ ਫਸਲ ਵੀ ਵਧੀਆ ਹੋਊਗੀ ਅਤੇ ਸਾਨੂੰ ਕੋਈ ਦਿੱਕਤ ਨਹੀਂ ਆਊਗੀ। ਸਰਕਾਰ ਮੰਗਾਂ ਨਹੀਂ ਮੰਨਦੀ ਤੁਹਾਡੀ ਤਾਂ ਫਿਰ ਅੱਗੇ ਕੀ ਕਦਮ ਹੋਊਗਾ ਕਿਸਾਨ ਯੂਨੀਅਨ? ਅਸੀਂ ਪਿਛਲੇ ਸਾਲ ਵੀ ਕਿਸਾਨ ਨੇ ਕਿਹਾ ਸੀ ਅਸੀਂ 25 ਜੂਨ ਤੋਂ ਝੋਨਾ ਲਾਉਣ ਦੇਵਾਂਗੇ, ਅਸੀਂ ਚੰਡੀਗੜ੍ਹ ਵਿੱਚ ਬੜਾ ਇਕੱਠ ਕਰਕੇ ਐਲਾਨ ਕੀਤਾ ਸੀ ਕਿ ਅਸੀਂ 10 ਜੂਨ ਤੋਂ ਝੋਨਾ ਲਾਵਾਂਗੇ, ਪਰ 10 ਜੂਨ ਤੋਂ ਵੀ ਸਾਡਾ ਕਿਸਾਨਾਂ ਦਾ ਝੋਨਾ ਲੇਟ ਹੋ ਗਿਆ ਸੀ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜੇ ਸਾਡੀ ਮੰਗ 'ਤੇ ਗੌਰ ਕੀਤੀ ਗਈ ਤਾਂ ਠੀਕ ਹੈ, ਨਹੀਂ ਅਸੀਂ ਫਿਰ 7 ਕਿਸਾਨ ਜਥੇਬੰਦੀਆਂ ਨੇ ਵੱਲੋਂ ਜਿਵੇਂ ਪਹਿਲਾਂ ਸੰਘਰਸ਼ ਕੀਤਾ ਇਹ ਸੰਘਰਸ਼ ਹੋਰ ਤੇਜ਼ ਕਰਾਂਗੇ, ਅਤੇ ਜਿਹੜੀ ਅਸੀਂ ਗੱਲ 7 ਕਿਸਾਨ ਜਥੇਬੰਦੀਆਂ ਵੱਲੋਂ ਕਹੀ ਆ ਕਿ 1 ਜੂਨ ਨੂੰ ਝੋਨਾ ਲਾਵਾਂਗੇ, ਫਿਰ ਅਸੀਂ ਹਰ ਹਫ਼ਤਾ 1 ਤਰੀਕ ਨੂੰ ਝੋਨਾ ਲਾਵਾਂਗੇ, ਚਾਹੇ ਸਾਡੇ ਉੱਪਰ ਕਿਸਾਨਾਂ ਦੇ ਉੱਪਰ ਜਿਹੜੀ ਇੱਥੋਂ ਦੀ ਸਰਕਾਰ ਜਬਰ ਜ਼ੁਲਮ ਕਰਦੀ ਆ ਚਾਹੇ ਕੇਸ ਪਾਉਂਦੀ ਆ, ਅਸੀਂ ਉਹ ਵੀ ਝੱਲਣ ਨੂੰ ਤਿਆਰ ਹਾਂ, ਪਰ ਕਿਸਾਨਾਂ ਦੀ ਖੁਦਕੁਸ਼ੀਆਂ ਅਸੀਂ ਨਹੀਂ ਕਰਨ ਦੇਵਾਂਗੇ। ਮੈਂ ਸਾਧੂ ਸਿੰਘ ਅਗਰਵਾਲ, ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ। ਸਾਡੀਆਂ 7 ਕਿਸਾਨ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ, ਅਸੀਂ ਅੱਜ ਉਸੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਹੁਣ ਸਭ ਤੋਂ ਪਹਿਲਾਂ ਜਿਹੜੀ ਇੱਕ ਮੁੱਖ ਮੰਗ ਆ ਸਾਡੀ ਇਹ ਝੋਨੇ ਦੀ, ਕਿਉਂਕਿ ਇਹ ਝੋਨਾ ਜਿਹੜਾ 1 ਜੂਨ ਤੋਂ ਲੱਗਣਾ ਚਾਹੀਦਾ, ਕਿਉਂਕਿ ਪਿਛਲੇ ਸਾਲ ਇਹ 20 ਜੂਨ ਤੋਂ ਸਰਕਾਰ ਨੇ ਕਰਤਾ ਸੀ ਅਤੇ ਝੋਨਾ ਜਿਹੜਾ ਬਹੁਤ ਲੇਟ ਪੱਕਿਆ ਅਤੇ ਸਰਕਾਰਾਂ ਦੀ ਕਿਸਾਨਾਂ ਦੀ ਬਹੁਤ ਖੱਜਲ ਖੁਆਰੀ ਹੋਈ ਆ, ਲੁੱਟ ਖਸੁੱਟ ਹੋਈ ਆ, ਅਤੇ ਜਿਹੜੀਆਂ ਨੀਤੀਆਂ ਕਾਂਗਰਸ ਸਰਕਾਰ ਦੀ ਕੇਂਦਰ 'ਚ ਜਿਵੇਂ ਮਨਮੋਹਨ ਸਿੰਘ ਅਤੇ ਨਰਸਿਮਾ ਰਾਓ ਦੀ ਸਰਕਾਰ ਸੀ ਉਹ 1991 ਵਾਲੀਆਂ ਨੀਤੀਆਂ ਨੂੰ ਇਹ ਲਾਗੂ ਕਰ ਰਹੇ ਆ, ਅਤੇ ਉਹਦੇ ਤਹਿਤ ਇਹ ਸਰਕਾਰ ਆ ਜਿਹੜੀ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਜਿਹੜੀ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਆ ਉਹ ਤੋਂ ਭੱਜਣਾ ਚਾਹੁੰਦੀ ਆ, ਅਤੇ ਝੋਨੇ ਨੂੰ ਲੇਟ ਕਰਕੇ
ਇਸ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਕਰਕੇ ਇਹ ਭੱਜਣਾ ਚਾਹੁੰਦੀ ਆ। ਇਹ ਜਥੇਬੰਦੀਆਂ ਦਾ ਇਹ ਦਾ ਕਿ ਸਰਕਾਰ ਨੂੰ ਜਿਹੜਾ ਖਰੀਦ ਤੋਂ ਨਹੀਂ ਭੱਜਣ ਦੇਵਾਂਗੇ ਅਤੇ ਇਹ ਸੰਘਰਸ਼ ਜਿਹੜਾ ਵੱਡੀ ਪੱਧਰ 'ਤੇ ਹੋਊਗਾ ਅਤੇ ਝੋਨਾ 1 ਜੂਨ ਤੋਂ ਲੱਗੂਗਾ। ਇਹਦੀ ਖਾਤਰ ਆ